ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਫਰੈਂਡਸ ਆਪਾਂ ਮਿਕਸ ਜੂਸ ਬਣਾਵਾਂਗੇ। ਗਾਜਰ, ਚੁਕੰਦਰ ਅਤੇ ਸੰਗਤਰੇ ਦਾ ਜਿਹੜਾ ਆਪਾਂ ਮਿਕਸ ਜੂਸ ਬਣਾਵਾਂਗੇ। ਇੱਧਰ ਅੱਜ ਊਧਮ ਨੂੰ ਵੀ ਛੁੱਟੀ ਹੈ, ਊਧਮ ਅੱਜ ਫ੍ਰੀ ਹੋ ਗਿਆ ਪੇਪਰ ਕਰਕੇ, ਅਤੇ ਅੱਜ ਊਧਮ ਹੀ ਮਸਤੀ ਕਰ ਰਹੇ। ਪਤੰਗ ਲੈ ਕੇ ਆਇਆ ਹੋਇਆ ਇਹ। ਸੋ ਫਰੈਂਡਸ, ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਜੇ ਤੁਹਾਨੂੰ ਮੇਰੀ ਵੀਡੀਓਜ਼ ਚੰਗੇ ਲੱਗਦੇ ਤਾਂ ਪਲੀਜ਼ ਮੈਨੂੰ ਲਾਈਕ 'ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ। ਚਲੋ ਜੀ, ਆਪਾਂ ਬਣਾਉਂਦੇ ਹਾਂ ਮਿਕਸ ਜੂਸ, ਨਾਲੇ ਆਪਾਂ ਅੱਜ ਕਰਦੇ ਹਾਂ ਫੰਕਸ਼ਨ, ਮਸਤੀ ਕਰਦੇ ਹਾਂ ਨਾਲੇ, ਕਿਉਂਕਿ ਉਦਮ ਵੀ ਵਿਹਲਾ ਹੈ ਅੱਜ। ਉਦਮ ਵਾਸਤੇ ਵੀ ਨੋ ਪੜ੍ਹਾਈ ਨੋ ਟਿਊਸ਼ਨ, ਅੱਜ ਮੈਂ ਵੀ ਵਿਹਲੀ ਹੋ ਗਈ, ਕਿਉਂਕਿ ਉਦਮ ਕਰਕੇ ਮੈਨੂੰ ਵੀ ਜਾਣਾ ਪੈਂਦਾ ਸੀਗਾ ਹਰ ਰੋਜ਼ ਟਿਊਸ਼ਨ ਲੈ ਕੇ, ਮੈਨੂੰ ਵੀ ਛੁੱਟੀਆਂ ਹੋ ਗਈਆਂ ਇੱਕ ਤਰ੍ਹਾਂ ਨਾਲ। ਉਦਮ ਹੈਲੋ ਨਹੀਂ ਕਰੀ, ਹੈਲੋ ਕਰੋ। ਬਾਏ ਨਹੀਂ ਹਾਏ, ਜੋਕਿੰਗ। ਹੈਲੋ ਮੈਡਮ, ਹੈਲੋ ਹਰਸ਼ ਨਹੀਂ ਪਾਦੇ ਰਸੀ ਪਾਰੀ ਹਰਸ਼ ਨਹੀਂ ਕੀ ਕਰਨਾ ਆ, ਚਕੰਦਰ ਚੀਰ ਲਾ, ਸ਼ਰਾਖ ਮਾਰ ਦੇ, ਮੈਂ ਪਤਾ ਨਾ ਚਕੰਦਰ ਚੀਰਨਾ। ਗਲੀਆਂ ਮਾਰ ਦੂ, ਇੱਕ ਮਿੰਟ ਤੁਸੀਂ ਪਾ ਦਿਓ। ਮੈਂ ਹਰਸ਼ ਬਹੁਤ ਪਤੰਗ ਬਣਾਏ ਛੋਟੀ ਹੁੰਦੀ ਨੇ, ਮੈਂ ਜਤਿੰਦਰ ਨੂੰ ਬਣਾ ਬਣਾ ਕੇ ਦੇ ਕਰਾਂਗੀ। ਦੇਖੋ ਜੀ, ਪਤੰਗ ਉਦੋਂ ਘੱਟ ਨੂੰ ਹੋ ਰਿਹਾ ਦੇਖੀ। ਊਧਮ ਕਹਿ ਰਿਹਾ ਪਹਿਲਾਂ ਮੇਰੇ ਪਤੰਗ ਮੈਂ ਪੈਂਦੇ ਪਾ ਦੇ ਮੰਮਾ, ਪਤੰਗ ਤਿਆਰ ਕਰਦੇ, ਮੈਂ ਤਾਂ ਜੂਸ ਲੱਗੀ ਸੀ ਬਣਾਉਣ। ਅੱਜ ਤਾਂ ਊਧਮ ਕੀ ਚਲੇਗੀ, ਹੁਣ ਛੁੱਟੀਆਂ ਹੋਈਆਂ, ਹੁਣ ਤਾਂ ਉਦਮ ਰੋਜ਼ ਪਤੰਗੇ ਪਤੰਗ ਆਏਗੇ ਹੁਣ ਇਹ, ਫਿਰ ਹੁਣ ਲੋ ਧਾਗਾ ਬੰਨ ਲਓ ਹੁਣ ਆਪਣਾ, ਹੁਣ ਮੈਂ ਜੂਸ ਤਿਆਰ ਕਰਦਾ। ਰੀਲ ਕਿੱਥੇ ਗਈ ਬਈ, ਰੀਲ ਕਿੱਥੇ ਗਈ? ਕਿਸ ਕਿਸ ਨੇ ਜੂਸ ਪੀਣਾ ਹੈ? ਚੱਲ ਚਲਾ ਦੇ, ਹੋ ਰਿਹਾ।
ਜੂਸ ਪੀ ਕੇ ਫੇਰ ਡਾਉਂਗੇ। ਹੁਣ ਕਿੱਥੇ ਖੜ ਜਾਏਗਾ ਉਹ, ਹੁਣ ਨਹੀਂ ਖੜਦਾ। ਦੇਖੋ ਆਪਣਾ ਮਿਕਸ ਜੂਸ ਹੈ ਬਣ ਕੇ ਤਿਆਰ ਹੈ, ਅਤੇ ਹੁਣ ਆਪਾਂ ਇਹਦੇ ਵਿੱਚ ਇੰਨਾ ਕੁ ਕਾਲਾ ਲੂਣ ਪਾਵਾਂਗੇ। ਚ ਕਾਲਾ ਲੂਣ ਪਾ ਲਿਆ ਅਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ। ਦੇਖੋ ਆਪਣਾ ਘਰ ਦਾ ਪਿਓਰ ਮਿਕਸ ਜੂਸ ਬਣ ਕੇ ਤਿਆਰ ਹੈ, ਹੁਣ ਆਪਾਂ ਸਾਰੇ ਜਣੇ ਪੀਵਾਂਗੇ। ਗਲਾਸ ਹੈਗੇ ਨੇ ਤਿੰਨ ਅਤੇ ਬੰਦੇ ਹੈਗੇ ਚਾਰ। ਕੈਸਾ ਬਣਿਆ? ਲੈ ਲਓ ਮੰਮੀ ਤੁਸੀਂ। ਜੂਸ ਤਾਂ ਬਹੁਤ ਸਵਾਦ ਬਣਿਆ। ਹਾਂਜੀ ਕੈਸਾ ਬਣਿਆ? ਜੂਸ ਕਰਨ ਨਜ਼ਾਰਾ ਆ ਗਿਆ। ਚਲੋ ਜੀ, ਹੋਰ ਤਾਂ ਸਾਰਿਆਂ ਨੇ ਜੂਸ ਪੀ ਲਿਆ, ਹੁਣ ਮੇਰੀ ਵਾਰੀ ਆਈ ਹੈ ਜੂਸ ਪੀਣ ਦੀ। ਕਿੰਨਾ ਟੇਸਟੀ ਬਣਿਆ ਵਾ ਇਹ, ਬਾਜ਼ਾਰ ਦੇ ਵਿੱਚ ਇਹੋ ਜਿਹਾ ਨਹੀਂ ਮਿਲਦਾ। ਜਦ ਪਹਿਲਾਂ ਮੈਂ 80-80 ਰੁਪਏ ਗਲਾਸ ਲਵਾਂ, ਆਪਾਂ ਬਿਲਕੁਲ ਨਹੀਂ ਇਹੋ ਹੁੰਦਾ। ਰੰਗ ਮੈਂ ਬਹੁਤ ਪਤੰਗ ਉਡਾਏ ਵੇ ਜੀ, ਮੈਂ ਲਿਫਾਫੇ ਕੇ ਪਤੰਗ ਵੀ ਬਣਾਏ ਵੇ। ਕੈਂਚੀ ਨਹੀਂ ਹੈਗੀ ਮੇਰੇ ਕੋਲ, ਨਹੀਂ ਤਾਂ ਮੈਂ ਕੈਂਚੀ ਨਾਲ ਪਾੜ ਲੈਣਾ। ਕੈਂਚੀ ਮੰਗਾ ਉਹ ਗਿਰ ਗਿਆ ਮੈਡਮ। ਔਰ ਜਦਾਂ ਮੈਂ ਠੀਕ ਨਹੀਂ ਡਰ ਰਿਹਾ। ਨਹੀਂ ਤੂੰ ਠੀਕ ਨਹੀਂ ਡਰ ਰਿਹਾ, ਸਹੀ ਕਰ ਰਿਹਾ। ਉਰੇ ਆ ਹਰਸ਼ ਨੂੰ ਫੜ ਪਹਿਲਾਂ। ਮੈਂ ਤਾਂ ਊ ਜਾ ਪੂੰਛ ਲਾਓ, ਪੂੰਛ ਦੁਬਾਰੇ ਉਦਮ ਨੀਚੇ ਉਤਰ ਜਾ।
ਹੁਣ ਪਰਸੀਨ ਵੱਢਣ ਜਾ ਰਹੇ ਗਿੱਲਾ ਪਿਆ ਦੇਖੋ ਫਰੈਂਡਸ ਉਦਮ ਵੀ ਖੇਤਾਂ ਵਿੱਚ ਆ ਗਿਆ ਨਾਲ ਨਾਲ ਉਹਨੇ ਪਾਪਾ ਦੇ ਸਾਈਕਲ ਹੀ ਗੜ ਗਈ ਗਿੱਲਾ ਪਿਆ ਚਾਚੂ ਨੂੰ ਕਹਿ ਰਿਹਾ ਆਪਣੇ ਨੂੰ ਚੱਕ ਕੇ ਕੱਢ ਦੇ ਕਹਿ ਰਿਹਾ ਬਾਹਰ ਓਏ ਓਏ ਮੇਰੇ ਨਾਲ ਆ ਦੇਖ ਕਿੰਨਾ ਗਿੱਲਾ ਹੈ ਓਏ ਮੈਂ ਤੂੰ ਨਹੀਂ ਜਾਂਦਾ ਅੱਗੇ ਉਦਮ ਵਾਪਸ ਮੁੜ ਰਿਹਾ ਕੰਮ ਖਰਾਬ ਹੋ ਗਿਆ ਮੇਰੇ ਬੂਟ ਲਿਬੜ ਜਾਂਗੂ ਯਾਰ ਨਵੇਂ ਉਦਮ ਦੇਖ ਲੈ ਮੇਰੀ ਮੰਮੀ ਬਸ ਚਲੇ ਆ ਜਾਓ ਦੇਖੋ ਇੰਨਾ ਇੰਨਾ ਪਾਣੀ ਗੜਿਆ ਫਿਰ ਵੀ ਇਹ ਵਿੱਚ ਨੂੰ ਆ ਰਹੇ ਨੇ ਹਰਸ਼ ਨੂੰ ਦੇਖੋ ਹਰਸ਼ ਡੋਲ ਕੇ ਵਿੱਚ ਕੱਢ ਜਾਏਗਾ ਮਸਤੀ ਕਰਨ ਲੱਗਿਆ ਵਾ ਉਦਮ ਤਾਂ ਹੁਣ ਪਹਿਲਾਂ ਹੋ ਗਿਆ ਨਾ ਨਹੀਂ ਲਿਬੜਨਾ ਉਦਮ ਲੈ ਉਦਮ ਨਹੀਂ ਵੱਢਤੀ ਸਾਗ ਥੋੜੀ ਆਇਓ ਲਾਲੀ ਰਾਉਣ ਤੈਨੂੰ ਮੌਜ ਹੋ ਗਈ ਬਸ ਹਾਂ ਬਤਾ ਦੱਸਾਂ ਕਿਆ ਕਰਨਾ ਨੰਗ ਜੇ ਕਰ ਕਿਸੀ ਭਾਬੀ ਨੂੰ ਛੱਡ ਜੇ ਕਰ ਉਦਮ ਨੂੰ ਹੱਸ ਮਾਰਦਾ ਭਾਬੀ ਨੇ ਪਸੀਨ ਗਾ ਸੋ ਫਰੈਂਡਸ ਇਹ ਤਾਂ ਸੀਗੀ ਸਾਡੀ ਅੱਜ ਦੀ ਵੀਡੀਓ ਅਸੀਂ ਅੱਜ ਬਹੁਤ ਜ਼ਿਆਦਾ ਮਸਤੀ ਕੀਤੀ ਬਹੁਤ ਜ਼ਿਆਦਾ ਇੰਜੋਏ ਕੀਤਾ ਕਿਉਂਕਿ ਉਦਮ ਦੇ ਪੇਪਰ ਹੋ ਗਏ ਖਤਮ ਪਹਿਲਾਂ ਅਸੀਂ ਜੂਸ ਪੀਆ ਪਤੰਗ ਉਡਾਇਆ ਬਹੁਤ ਜ਼ਿਆਦਾ ਮਜ਼ਾ ਆਇਆ ਬਹੁਤ ਜ਼ਿਆਦਾ ਮਸਤੀ ਕੀਤੀ ਉਦਮ ਨੇ ਵੀ ਕਿਉਂਕਿ ਉਦਮ ਵਿਹਲਾ ਹੋ ਗਿਆ ਪੇਪਰਾਂ ਤੋਂ ਇਸ ਕਰਕੇ ਅੱਜ ਬਹੁਤ ਜ਼ਿਆਦਾ ਮਸਤੀ ਕਰੀ ਅਸੀਂ ਅਤੇ ਹੁਣ ਬਰਸੀਨ ਵੱਢ ਰਹੇ ਹਾਂ ਮੈਂ ਅਤੇ ਮੇਰਾ ਸਰਦਾਰ ਜੀ ਵੈਸੇ ਮੈਨੂੰ ਵੱਢਣ ਹੀ ਨਹੀਂ ਆਉਂਦੀ ਹੈਗੀ ਬਰਸੀਨ ਚਲੋ ਫਿਰ ਵੀ ਮੈਂ ਥੋੜ੍ਹੀ ਜਿਹੀ ਵੱਢ ਕੇ ਟਰਾਈ ਕੀਤੀ ਅਤੇ ਮੇਰੇ ਸਰਦਾਰ ਜੀ ਵੀ ਕਹਿੰਦੇ ਕਹਿੰਦੇ ਹੁਣ ਤਾਂ ਮੈਂ ਵਿਹਲਾ ਹੋ ਜੂੰਗਾ ਫਿਰ ਅਜੇ ਤੂੰ ਬਰਸੀਨ ਵੱਢਣ ਲੱਗ ਗਈ ਸੋ ਫਰੈਂਡਸ ਉਮੀਦ ਕਰਦੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਚਲੋ ਜੀ ਫਿਰ ਆਪਾਂ ਤੁਹਾਨੂੰ ਮਿਲਾਂਗੇ ਕੋਈ ਨੈਕਸਟ ਵੀਡੀਓ ਲਿਖਦਾ ਤੱਕ ਲਈ ਬਾਏ ਬਾਏ।